ਪ੍ਰੀਤ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਵੱਡੀ ਖੁਸ਼ਖਬਰੀ ਆ ਰਾਤੋਂ ਰਾਤ ਸਰਕਾਰ ਨੇ ਪੈਟਰੋਲ 4 ਰੁਪਏ ਡੀਜ਼ਲ 5 ਰੁਪਏ ਕੀਤਾ ਸਸਤਾ ਲੋਕਾਂ ਨੂੰ ਲੱਗਣਗੇ ਨਜ਼ਾਰੇ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਗਹਿ ਲੋਤ ਸਰਕਾਰ ਨੇ ਅੱਜ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਪੈਟਰੋਲ ਡੀਜ਼ਲ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਅਜਰਾਤ ਪੈਟਰੋਲ 4 ਰੁਪਏ ਡੀਜ਼ਲ 5 ਰੁਪਏ ਪ੍ਰਤੀ ਲੀਟਰ ਕਟੌਤੀ ਦਾ ਫੈਸਲਾ ਕੀਤਾ ਹੈ ਮੰਤਰੀ ਮੰਡਲ ਨੇ ਕਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਆਮ ਲੋਕਾਂ ਨੂੰ ਰਾਹਤ ਦੇਣ ਲਈ ਜ਼ਰੂਰੀ ਹੈ ਕੇਂਦਰ ਸਰਕਾਰ ਕੇਂਦਰੀ ਪੂਲ ਵਿੱਚ ਆਉਣ ਲਈ ਵਾਧੂ ਆਪਕਾਰੀ ਡਿਊਟੀ ਤੇ ਬੇਸਿਕ ਐਕਸਾਈਜ਼ ਡਿਊਟੀ ਨੂੰ ਹੋਰ ਕੱਟ ਕਰੇ ਜੇਕਰ ਕੇਂਦਰ ਵੱਲੋਂ ਹਰ 1 ਲੀਟਰ ਪੈਟਰੋਲ ਤੇ ਐਕਸਾਈਜ਼ ਡਿਊਟੀ ਵਿੱਚ 10 ਰੁਪਏ ਡੀਜ਼ਲ 15 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਜਾਂਦੀ ਹੈ ਤਾਂ ਸੂਬੇ ਦੇ ਵੈਟ ਮੂਵੀ ਪੈਟਰੋਲ 3 ਰੁਪਏ 40 ਪੈਸੇ ਪ੍ਰਤੀ ਲੀਟਰ ਡੀਜ਼ਲ 3 ਰੁਪਏ 90 ਪੈਸੇ ਘੱਟ ਹੋ ਜਾਣਗੇ। Rajasthan Petrol Dealers Association ਨੇ ਸਰਕਾਰ ਨੂੰ ਵੈਟ ਦੀਆਂ ਦਰਾਂ ਨੂੰ ਘੱਟ ਕਰਨ ਸੰਬੰਧੀ ਮੰਗ ਪੱਤਰ ਸੌਂਪਿਆ ਸੀ ਜਿਸ ਵਿੱਚ ਕਿਹਾ ਗਿਆ ਕਿ ਸਰਕਾਰ ਵੈਟ ਦਰ ਘੱਟ ਕਰਕੇ ਸੂਬੇ ਨੂੰ ਮਿਲਣ ਵਾਲੇ ਖਜ਼ਾਨੇ ਨੂੰ ਵਧਾ ਸਕਦੀ ਹੈ દિਵਾਲੀ ਤੋਂ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਦੀ ਕਮੀ ਨਾਲ ਸੂਬੇ ਵਿੱਚ ਡੀਜ਼ਲ 12 ਰੁਪਏ ਤੇ ਪੈਟਰੋਲ 6 ਰੁਪਏ ਤੋਂ ਵੱਧ ਦੀ ਕਮੀ ਆ ਗਈ ਆ ਸੂਬਾ ਸਰਕਾਰ ਨੇ ਵੈਟ ਕਰਨ ਲਗਾਤਾਰ ਦਬਾਅ ਬਣਾਇਆ ਘੱਟ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ ਇਸ ਤੋਂ ਇਲਾਵਾ ਭਾਜਪਾ ਸਸਤ ਸਾਰੇ ਸੂਬਿਆਂ ਅਤੇ ਕਾਂਗਰਸ ਸਸਤ ਪੰਜਾਬ ਤੱਕ ਨੇ ਵੈਟ ਕੱਟ ਕਰ ਦਿੱਤਾ ਉਪਭੋਗਤਾਵਾਂ ਨੂੰ ਰਾਹਤ ਦਿੱਤੀ ਗਈ ਇਸ ਤੋਂ ਬਾਅਦ ਇਹ ਲੋਤ ਸਰਕਾਰ ਦੇ ਖਿਲਾਫ ਆਮ ਲੋਕਾਂ ਦੇ ਵਿੱਚ ਗੁੱਸਾ ਲਗਾਤਾਰ ਵਾਧਾ ਦਿਖਾਈ ਦੇ ਰਿਹਾ ਸੀ ਧੰਨਵਾਦ